ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.tehlkapunjab.tv। ਭਾਰਤੀ ਸੰਵਿਧਾਨ ਦੇ ਰਚੇਤਾ ਭੀਮ ਰਾਵ ਅੰਬੇਦਕਰ ਦੇ 124ਵੇਂ ਜਨਮ ਦਿਹਾੜੇ ਮੌਕੇ ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ SC/ST ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਗਾ ਨੇ ਕੀਤੀ। ਭਾਰਤ ਰਤਨ ਡਾਕਟਰ ਬਾਬਾ ਸਾਹਿਬ BR ਅੰਬੇਡਕਰ ਜੀ ਦਾ 124ਵਾਂ ਜਨਮ ਦਿਵਸ ਅੰਮ੍ਰਿਤਸਰ ਦੇ ਵਿੱਚ, ਜਿਹੜੇ ਜੇਲ੍ਹ ਦੇ ਵਿੱਚ ਜਿੰਨੇ ਵੀ ਸ਼ਡਿਊਲ ਕਾਸਟ ਲੋਕ ਰਹਿੰਦੇ ਆ ਉਹਨਾਂ ਦੇ ਨਾਲ ਰੱਖਿਆ ਗਿਆ, ਅਤੇ ਉਹਨਾਂ ਦੇ ਅਧਿਕਾਰ ਕੀ ਆ, ਬਾਬਾ ਸਾਹਿਬ ਨੇ ਕੀ ਲੈ ਕੇ ਦਿੱਤੇ, SC ਕਮਿਸ਼ਨ ਵੱਲੋਂ ਅਸੀਂ ਉਹਨਾਂ ਦੀ ਕੀ ਸਹਿਯੋਗ ਕਰ ਸਕਦੇ ਹਾਂ, ਇਸ ਦੇ ਵਾਸਤੇ ਇੱਕ ਸੈਮੀਨਾਰ ਦੇ ਨਾਲ ਇੱਕ ਕਾਰਜਕ੍ਰਮ ਰੱਖਿਆ ਸੀ ਜਿਹੜਾ ਕਿ ਬਹੁਤ ਵਧੀਆ ਰਿਹਾ। ਇਸ ਮੌਕੇ ਜੇਲ੍ਹ 'ਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੇ ਭੀਮ ਰਾਵ ਅੰਬੇਦਕਰ ਦੀ ਜੀਵਨ ਨਾਲ ਸੰਬੰਧਿਤ ਇੱਕ ਸਟੇਜ ਸ਼ੋਅ ਵੀ ਕੀਤਾ। ਇਸ ਮੌਕੇ SC ਕੈਦੀਆਂ ਨੇ ਰਾਜੇਸ਼ ਬਾਗਾ ਤੋਂ ਮੰਗ ਕੀਤੀ ਕਿ ਜੇਲ੍ਹ 'ਚ ਬੰਦ SC ਕੈਦੀਆਂ ਨੂੰ ਹੋਏ ਜੁਰਮਾਨੇ ਨੂੰ ਰੱਦ ਕਰਨਾ ਚਾਹੀਦਾ ਹੈ। ਜਿਹਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਹੈ ਕਿ ਜਿਸ ਵਿੱਚ ਜੇਲ੍ਹ ਦੇ ਵਿੱਚ 60-65% ਜਿਹੜੇ ਆ ਕਿ ਦਲਿਤ ਲੋਕ ਹੀ ਹੁੰਦੇ ਹਨ, ਜਿਹੜੇ ਸਜ਼ਾਵਾਂ ਲੈਣ ਤੋਂ ਬਾਅਦ ਵੀ ਜੋ ਜੁਰਮਾਨੇ ਉਹਨਾਂ ਨੂੰ ਹੋਏ ਹੁੰਦੇ ਹਨ ਉਹ ਵੀ ਜੁਰਮਾਨਾ ਤਾਰਨ ਯੋਗ ਨਹੀਂ ਹੁੰਦੇ, ਅਤੇ ਅਸੀਂ ਉਹਦੀ ਬੇਨਤੀ ਕੀਤੀ ਹੈ ਕਿ ਉਹ ਵੀ ਕਿਸੇ NGO ਦੇ ਨਾਲ ਰਲ ਕੇ ਉਹਨਾਂ ਦੇ ਜੁਰਮਾਨੇ ਤਾਰੇ ਜਾਣ ਤਾਂ ਕਿ ਜੇਲ੍ਹਾਂ ਦਾ ਰਸ਼ ਘਟਿਆ ਜਾ ਸਕੇ। ਅਤੇ ਰਾਜੇਸ਼ ਬਾਗਾ ਨੇ ਕੈਦੀਆਂ ਦੀ ਇਸ ਮੰਗ ਤੇ ਵਿਚਾਰ ਕਰਨ ਦੀ ਗੱਲ ਕਹੀ ਹੈ। ਉਹ ਸਰਕਾਰ ਨੂੰ ਕਹਾਂਗੇ ਵੀ ਜੇ ਉਹਨਾਂ ਦੀ ਮਦਦ ਹੋ ਜਾਵੇ ਤੇ ਉਹਨਾਂ ਦਾ ਵੀ ਸੋਚਾਂਗੇ, ਜਾਂ ਜਿਹੜੀਆਂ ਔਰਤਾਂ ਆ ਉਹਨਾਂ ਨਾਲ ਬੱਚੇ ਆ ਉਹਨਾਂ ਲਈ ਉੱਥੇ ਪੜ੍ਹਾਈ ਦਾ ਅੰਦਰ ਕੀ ਸਿਸਟਮ ਆ, ਉਹਨੂੰ ਹੋਰ ਵਧੀਆ ਕਿੱਦਾਂ ਬਣਾ ਸਕਦੇ ਹਾਂ, ਇਹਦੇ ਵਾਸਤੇ ਵੀ ਅਸੀਂ ਬੈਠ ਕੇ ਇਹਦੇ ਲਈ ਕੋਈ ਪਾਲਿਸੀ ਬਣਾਵਾਂਗੇ। ਤੁਹਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ? ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੂਰਤਰ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ID ਦਾ ਪਾਸਵਰਡ ਪਾ ਦੇਣ, ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ID ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਮੈਂ ਅਦਾਰਾ ਤਹਿਲਕਾ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ, ਦੁਆਬਾ ਮਾਰਕੀਟ ਸਾਹਮਣੇ ਬੱਸ ਸਟੈਂਡ ਜਲੰਧਰ।